ਅੱਜ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਪ੍ਰੈਸ ਕਾਨਫਰੰਸ ਹੈ, ਇੱਕ ਜੋ ਭਾਰਤੀ ਜੋ ਕਾਂਗਰਸ ਪਾਰਟੀ ਨੇ ਚੋਣ ਮੈਨੀਫੈਸਟੋ ਦਿੱਤਾ ਹੈ, ਉਹ ਤੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਬਿਲਕੁਲ ਨਿਰਾਸ਼ ਹੋ ਚੁੱਕੀ ਹੈ ਔਰ ਕਾਂਗਰਸ ਪਾਰਟੀ ਦੇਸ਼ ਨੂੰ ਤੋੜਨ ਦੇ ਵਿੱਚ, ਜਾਤਾਂ ਦੇ ਵਿੱਚ ਵੰਡਣ ਦੇ ਲਈ, ਔਰ ਜੋ ਅੱਜ ਦੇਸ਼ ਤਰੱਕੀ ਵੱਲ ਜਾ ਰਿਹਾ ਉਸ ਤਰੱਕੀ ਨੂੰ ਨਾ ਸਹਾਰਦਿਆਂ ਹੋਇਆ ਆਪਦਾ ਵਰਚਸਵ ਕਾਇਮ ਕਰਨ ਲਈ ਮਤਲਬ ਇਸ ਤੱਕ ਪਹੁੰਚ ਗਈ ਹੈ ਕਿ ਜਿਹਦੇ ਨਾਲ ਸਾਰਾ ਦੇਸ਼ ਸਾਡੇ ਜਾਤੀਆਂ ਦੇ ਵਿੱਚ ਵੰਡਿਆ ਜਾਵੇ ਔਰ ਜਿਹਦਾ ਬਹੁਤ ਵੱਡਾ ਖਮਿਆਜ਼ਾ ਆਉਣ ਵਾਲੇ ਟਾਈਮ ਦੇ ਵਿੱਚ ਦੇਸ਼ ਨੂੰ ਭੁਗਤਣਾ ਪੈਣਾ। ਸਾਡੇ ਆਪਾਂ ਸਾਰੇ ਯਾਦ ਕਰੀਏ ਕਿ ਪਿਛਲੇ 60 ਸਾਲ ਤੱਕ ਕਾਂਗਰਸ ਪਾਰਟੀ ਨੇ ਤੁਸ਼ਟੀਕਰਨ ਦੀ ਰਾਜਨੀਤੀ ਰਾਹੀਂ 60 ਸਾਲ ਰਾਜ ਕੀਤਾ ਅਤੇ 60 ਸਾਲਾਂ ਦੇ ਵਿੱਚ ਕਰਪਸ਼ਨ, ਭ੍ਰਿਸ਼ਟਾਚਾਰ, ਪਰਿਵਾਰਵਾਦ ਔਰ ਇਹ ਸਾਰੀਆਂ ਚੀਜ਼ਾਂ ਹੋਈਆਂ। ਜਿਸ ਤਰੀਕੇ ਨਾਲ ਦੇਸ਼ ਨੇ ਤਰੱਕੀ ਕਰਨੀ ਸੀ ਉਹ ਨਹੀਂ ਕੀਤੀ। 2014 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਲਈ ਵਿਕਾਸ ਦਾ ਏਜੰਡਾ ਸੈੱਟ ਕੀਤਾ ਅਤੇ ਦੇਸ਼ ਦੀ ਜਿਹੜੀ ਇਕਾਨਮੀ ਹੈ 14ਵੇਂ ਸਥਾਨ ਤੋਂ ਆ ਕੇ ਜਿੱਥੇ 5ਵੇਂ ਸਥਾਨ 'ਤੇ ਪਹੁੰਚੀ ਉਹਦੇ ਨਾਲ ਨਾਲ ਕਾਂਗਰਸ ਪਾਰਟੀ ਦਾ ਪਤਨ ਹੋਣਾ ਸ਼ੁਰੂ ਹੋਇਆ ਔਰ ਕਾਂਗਰਸ ਪਾਰਟੀ ਨੇ ਜੋ ਕੀਤਾ ਉਹਦੇ ਪ੍ਰਤੀ ਲੋਕਾਂ ਦਾ ਜਾਗਰੂਕਤਾ ਆਈ ਅਤੇ ਕਾਂਗਰਸ ਪਾਰਟੀ ਹਰ ਸਟੇਟ ਦੇ ਵਿੱਚ ਖਤਮ ਹੋਣ ਲੱਗੀ ਔਰ ਲਾਸਟ ਦੇ ਵਿੱਚ ਆ ਕੇ 40 MP ਕਾਂਗਰਸ ਦੇ ਰਹਿ ਗਏ ਅਤੇ ਹੁਣ ਜਦੋਂ ਕਾਂਗਰਸ ਪਾਰਟੀ ਨੂੰ ਲੱਗਿਆ ਪਤਾ ਲੱਗਾ ਕਿ ਸਾਡੀ 40 ਤੋਂ ਵੀ ਗਿਣਤੀ ਘੱਟ ਸਕਦੀ ਹੈ ਤਾਂ ਉਹਨਾਂ ਨੇ ਦੇਸ਼ ਨੂੰ ਵੰਡਣ ਦੇ ਲਈ ਪਹਿਲਾਂ ਇਹ ਚਲਾਇਆ ਕਿ ਅਸੀਂ ਜਾਤੀ ਜਨਗਣਨਾ ਕਰਾਵਾਂਗੇ। ਉਹਨਾਂ ਦਾ ਇੱਕੋ ਇੱਕ ਮਕਸਦ ਸੀ ਦੇਸ਼ ਨੂੰ ਵੰਡਣਾ ਔਰ ਉਸ ਤੋਂ ਬਾਅਦ ਜੋ ਚੋਣ ਮੈਨੀਫੈਸਟੋ ਆਇਆ, ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਜਿਹੜੇ ਮਾਓਵਾਦੀ ਇੱਕ ਸੋਚ ਸੀ ਉਸ 'ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਆਰਕਸ਼ਣ ਖਤਮ ਕਰਾਂਗੇ ਔਰ ਆਰਕਸ਼ਣ ਖਤਮ ਕਰਕੇ ਬਾਕੀ ਫਿਰਕਿਆਂ ਦੇ ਵਿੱਚ, ਸਭ ਜਾਤੀਆਂ ਦੇ ਵਿੱਚ ਉਹਨੂੰ ਵੰਡਿਆ ਜਾਣਾ ਜਾਂ ਅਲਪਸੰਖਿਅਕ ਦੇ ਵਿੱਚ ਵੰਡਿਆ ਜਾਣਾ। ਕਾਂਗਰਸ ਲਈ ਅਲਪਸੰਖਿਅਕ ਇੱਕੋ ਹੀ ਇੱਕ ਕਮਿਊਨਿਟੀ ਹੈ ਜਿਹੜੀ ਉਹਨੂੰ ਲੱਗਦੀ ਹੈ ਕਿ ਸਾਡਾ ਵੋਟ ਬੈਂਕ ਹੈ, ਉਹਦੇ ਵਾਸਤੇ ਹੀ ਸਾਰੇ ਜਿਹੜੇ ਹੈਗੇ ਆ ਇਹ ਉਹਦੇ 'ਤੇ ਰਾਜਨੀਤੀ ਕਰ ਰਹੀ ਹੈ। ਔਰ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਅਸੀਂ ਕਦੇ ਵੀ ਜਿਹੜਾ ਹੈਗਾ ਆਰਕਸ਼ਣ ਹੈ ਇਹਨੂੰ ਖਤਮ ਨਹੀਂ ਹੋਣ ਦੇਵਾਂ ਔਰ ਨਾਲ ਨਾਲ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਕਿ ਅਸੀਂ ਇਕਨੋਮਿਕ ਸਰਵੇ ਕਰਾਵਾਂਗੇ ਕਿ ਕਿਹਦੇ ਕੋਲ ਕਿੰਨਾ ਪੈਸਾ, ਕਿੰਨੇ ਘਰ ਹੈ, ਕਿੰਨਾ ਸੋਨਾ ਹੈ।
ਔਰ ਸਾਡੀਆਂ ਮਾਤਾਵਾਂ ਭੈਣਾਂ ਕੋਲ ਸੋਨਾ ਹੈ, ਮੰਗਲ ਸੂਤਰ ਹੈ, ਉਹ ਸਾਰੀਆਂ ਚੀਜ਼ਾਂ ਦਾ ਸਰਵੇ ਹੋਏਗਾ। ਸਰਵੇ ਤੋਂ ਬਾਅਦ ਜਿਹਨਾਂ ਲੋਕਾਂ ਕੋਲ ਘੱਟ ਹੋਏਗਾ ਤਾਂ ਜਿਹਨਾਂ ਕੋਲ ਵੱਧ ਹੈ ਵੱਧ ਵਾਲਿਆਂ ਤੋਂ ਲੈ ਕੇ ਘੱਟ ਵਾਲਿਆਂ ਨੂੰ ਦਿੱਤਾ ਜਾਏਗਾ। ਮੈਂ ਕਹਿ ਸਕਦਾ ਕਿ ਇਹ ਇੱਕ ਦੇਸ਼ ਨੂੰ ਬਰਬਾਦੀ ਦੇ ਵੱਲ ਲਿਜਾਣ ਲਈ, ਦੇਸ਼ ਨੂੰ ਜਾਤੀਆਂ 'ਚ ਵੰਡਣ ਲਈ, ਔਰ ਜੋ ਦੋਸ਼ ਤਰੱਕੀ ਕਰ ਲਿਆ ਕਰ ਰਿਹਾ ਉਸ ਤੋਂ ਰੋਕ ਕੇ ਸਿਰਫ ਆਪ ਨੇ ਬਚਾਉਣ ਲਈ, ਆਪਣੇ ਪਰਿਵਾਰ ਦਾ ਏਜੰਡਾ ਚਲਾਉਣ ਲਈ ਇਹ ਜਿਹੜੀ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦਾ ਇਹ ਵਾਅਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਉਹ ਦੇਸ਼ ਦੇ ਵਿਕਾਸ ਦੇ ਏਜੰਡੇ 'ਤੇ ਚੱਲ ਰਹੀ ਹੈ, ਆਉਣ ਵਾਲੇ ਟਾਈਮ 'ਤੇ ਚੱਲਦੀ ਰਹੇਗੀ। ਇਲੈਕਸ਼ਨ ਜਿਹੜਾ ਹੈਗਾ ਉਹ ਕਾਇਮ ਰਹੇਗਾ, ਇਲੈਕਸ਼ਨ ਨੂੰ ਅਸੀਂ ਰੱਦ ਨਹੀਂ ਹੋਣ ਦੇਵਾਂਗੇ, ਔਰ ਜੋ ਸਾਡੇ ਦੇਸ਼ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਉਹਦੇ 'ਤੇ ਦੇਸ਼ ਚੱਲਦਾ ਰਹੇਗਾ। ਇਹਦੇ ਬਾਰੇ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਇਹਦੇ ਡਿਟੇਲ ਦੇ ਵਿੱਚ ਜਿਹੜੇ ਹੈਗੇ ਹੈ ਉਹ ਤੁਹਾਨੂੰ ਅਸੀਂ ਜਿਹੜਾ ਹੈਗਾ ਉਹ ਦੇਵਾਂਗੇ, ਤਾਂ ਕਿ ਜਿਹੜਾ ਜੋ ਕਾਂਗਰਸ ਪਾਰਟੀ ਨੇ ਇੱਕ ਕੋਸ਼ਿਸ਼ ਕੀਤੀ ਹੈ ਦੇਸ਼ ਨੂੰ ਵੰਡਣ ਦੀ, ਦੇਸ਼ ਨੂੰ ਤਰੱਕੀ ਤੋਂ ਰੋਕਣ ਦੀ, ਔਰ ਸਿਰਫ ਆਪਣੇ ਪਰਿਵਾਰ ਨੂੰ ਚਲਾਉਣ ਵਾਸਤੇ, ਜਾਂ ਮੈਂ ਕਹਿ ਸਕਦਾ ਕਿ ਜਦੋਂ ਸਮਝ ਗਈ ਕਾਂਗਰਸ ਅਸੀਂ ਜਿੱਤ ਨਹੀਂ ਸਕਦੇ, ਉਸ ਜਿੱਤ ਪ੍ਰਾਪਤ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੇ ਸੋਚ ਸੋਚੀ ਹੈ ਉਹਦੀ ਅਸੀਂ ਨਿੰਦਾ ਕਰਦੇ ਹਾਂ, ਔਰ ਉਹਦਾ ਜਿਹੜਾ ਸਾਰਾ ਤੁਹਾਨੂੰ ਦਿੱਤਾ ਜਾਣਾ। ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ, ਅਤੇ ਉਮੀਦ ਕਰਦਾ ਕਿ ਜੋ ਵੀ ਤੁਹਾਡੇ ਕੁਐਸਚਨ ਹੋਣਗੇ ਅੱਜ ਦੇ ਕੁਐਸਚਨ ਇਸੇ 'ਤੇ ਹੀ ਆਪਾਂ ਕੁਐਸਚਨ ਕਰਨੇ ਹੈ, ਕਿਉਂਕਿ ਇਸ ਤੋਂ ਬਾਹਰ ਨਹੀਂ ਜਾਣਾ। ਔਰ ਉਦੋਂ ਇਲਾਵਾ ਜੇ ਗੱਲ ਕਰਨੀ ਹੈ ਕਿਸੇ ਨਾਲ ਵੀ ਤਾਂ ਆਪਾਂ ਦੁਆਰਾ ਕਰ ਸਕਦੇ ਹਾਂ।